ਇਹਨੀ ਆਪਾਂ ਛੋਟਾ ਕੇਜ ਜਿਹੜਾ ਵਾ ਕਬੂਤਰਾਂ ਦਾ ਜੋੜੀਆਂ ਪਾਉਣ ਵਾਲਾ ਕੇਜ ਲਗਾ ਦਿੱਤਾ ਜੀ ਇੱਕ ਸਾਈਡ। ਆਹ ਲਓ ਜੀ, ਕਰੋ ਜੀ ਚੈੱਕ। ਹਾਂਜੀ ਬਾਈ ਜੀ, ਕਰੋ ਕਮੈਂਟ ਅਤੇ ਦੱਸੋ ਜੀ ਬਾਈ ਜੀ ਕਿਵੇਂ ਦੀ ਲੱਗੀ ਜੀ ਤੁਹਾਨੂੰ ਕਬੂਤਰਾਂ ਦੀ ਜੋੜੀ। ਮਿੱਤਰੋ ਕਿੱਦਾਂ ਜੀ, ਸਾਰੇ ਠੀਕ ਠਾਕ ਹੋ? ਸੋ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਲਓ ਜੀ, ਛੱਤ 'ਤੇ ਆ ਗਏ, ਸ਼ਾਮ ਦਾ ਟਾਈਮ ਆ ਅਤੇ ਖੋਲ੍ਹ ਦਿੱਤੇ ਜੀ ਸਾਰੇ ਆਪਣੇ ਬਰਡ। ਇਹਦੇ ਵਿੱਚ ਸਾਡੇ ਕਬੂਤਰ ਨਵੇਂ ਵੀ ਹੈਗੇ, ਸੋ ਉਹਨਾਂ ਦਾ ਵੀ ਤੁਹਾਨੂੰ ਸ਼ੌਕ ਕਰਾਉਂਦੇ ਹਾਂ। ਅਤੇ ਬਾਕੀ ਯਾਰ ਇੱਕ ਕੰਮ ਹੋ ਗਿਆ ਬਹੁਤ ਖਰਾਬ, ਜਿਹੜੀ ਸਾਡੀ ਟੌਪ ਨਸਲ ਦੀ ਕਬੂਤਰੀ ਸੀ ਯਾਰ, ਉਹ ਹੋ ਗਈ ਆ ਬਿਮਾਰ, ਅਤੇ ਉਹਨੂੰ ਆਪਾਂ ਦਿੱਤੀ ਆ ਦਵਾਈ, ਅਤੇ ਕਰੋ ਦਵਾ ਕੇ ਯਾਰ ਹਰ ਜਲਦੀ ਜਲਦੀ ਠੀਕ ਹੋ ਜੇ। ਸੋ ਆਹ ਵੇਖੋ ਜੀ, ਸਾਡੀ ਕਬੂਤਰੀ ਆਪਾਂ ਫੜੀ ਸੀ, ਅਤੇ ਯਾਰ ਇਹ ਕਾਫੀ ਢਿੱਲੀ ਹੋ ਗਈ ਆ, ਅਤੇ ਮੈਨੂੰ ਅੱਜ ਜਦੋਂ ਫੜ ਕੇ ਦੇਖਾ ਤਾਂ ਯਾਰ ਬਿਲਕੁਲ ਹੀ ਜ਼ਿਆਦਾ ਸੁੱਕ ਗਈ ਆ, ਅਤੇ ਆਪਾਂ ਇਹਨੂੰ ਦੇ ਦਿੱਤੀ ਆ ਦਵਾਈ, ਅਤੇ ਹੁਣ ਇਹਨੇ ਥੋੜ੍ਹੇ ਦਾਣੇ ਵੀ ਖਾਧੇ ਆ, ਅਤੇ ਮੇਰੇ ਹਿਸਾਬ ਨਾਲ ਸਵੇਰ ਤੱਕ ਉਹਦਾ ਠੀਕ ਹੋ ਜਾਏਗੀ। ਅਤੇ ਬਾਕੀ ਫਿਰ ਵੀ ਜੇ ਕਿਸੇ ਨੂੰ ਕੋਈ ਥੋੜ੍ਹੀ ਬਹੁਤੀ ਤੁਹਾਡੀ ਵੀਰਾਂ ਨੂੰ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਹੈਗੀ ਆ, ਸੋ ਜ਼ਰੂਰ ਦੱਸਿਓ ਕਮੈਂਟ ਕਰਕੇ, ਅਤੇ ਯਾਰ ਆਪਾਂ ਇਹਨੂੰ ਕੁਝ ਨਾ ਕੁਝ ਦਵਾਈ ਸ਼ਾਇਦ ਬਦਲ ਕੇ ਦੇ ਦਈਏ, ਤਾਂ ਕਿ ਯਾਰ ਬਿਲਕੁਲ ਤੰਦਰੁਸਤ ਹੋ ਜਾਏ। ਅਤੇ ਬਾਕੀ ਇੱਕ ਹੋਰ ਗੱਲ, ਜਾਂ ਸਾਡਾ ਜੈਲਦਾਰ ਕਬੂਤਰ ਹੋ ਗਿਆ ਜੀ, ਫਰ ਯਾਰ ਪੂਰੇ ਨਿਕਲ ਆਏ ਉਹਦੇ, ਅਤੇ ਯਾਰ ਗੜਬੜ ਹੋ ਸਕਦੀ ਯਾਰ, ਅਤੇ ਮੇਰਾ ਇਰਾਦਾ ਕਿ ਆਪਾਂ ਉਹਨੂੰ ਕੱਟ ਦਈਏ, ਕਿਉਂਕਿ ਕਬੂਤਰ ਉਹ ਬਹੁਤ ਸ਼ਾਨਦਾਰ ਆ, ਅਤੇ ਉਹਦਾ ਤੁਹਾਨੂੰ ਮੈਂ ਕਰਾਉਂਦਾ ਜੀ ਸ਼ੌਕ। ਅਤੇ ਉਹ ਹੈਗਾ ਜੈਲਦਾਰ ਕਬੂਤਰ ਸਾਡਾ ਆੜ ਆ, ਅਤੇ ਇਹ ਯਾਰ ਪੂਰਾ ਸਰ ਹੋ ਗਿਆ ਵਾ, ਅਤੇ ਇੱਕ ਇੱਕ ਕੰਨੀ ਇਹਦੀ ਘੱਟ ਵਾ, ਅਤੇ ਮੇਰਾ ਧਿਆਨ ਕਿ ਆਪਾਂ ਇਹਨੂੰ ਕੱਟ ਦਈਏ, ਕਿਉਂਕਿ ਇਹਦੀ ਤੱਕ ਜੋੜੀ ਨਹੀਂ ਪਾਉਣੀ। ਜੋੜੀ ਆਪਾਂ ਉਸੇ ਕਬੂਤਰੀ ਨਾਲ ਪਾਉਣੇ ਸੀ ਜਿਹੜੀ ਕਬੂਤਰੀ ਤੁਹਾਨੂੰ ਦੱਸਿਆ ਕਿ ਬਿਮਾਰ ਆ, ਅਤੇ ਉਹ ਕਬੂਤਰੀ ਆ ਜੀ ਐਂ ਵਾਲੀ, ਠੀਕ ਆ ਜੀ। ਆਹ ਚੈੱਕ ਕਰੋ ਜੀ ਕਬੂਤਰੀ, ਕਬੂਤਰੀ ਯਾਰ ਬਹੁਤ ਚੰਗੀ ਆ, ਇਹ ਵੀ ਆਪਾਂ ਫੜੀ ਸੀ, ਇਹ ਰਾਤ ਲਾਈ ਸੀ ਆਪਾਂ 7-8 ਵਜੇ ਨਾ, ਅਤੇ ਇਹ ਕਬੂਤਰੀ ਆਪਾਂ ਇਸੇ ਕਬੂਤਰ ਨਾਲ ਪਾਉਣ ਦੀ ਕੋਸ਼ਿਸ਼ ਕਰਦੇ ਪਏ ਹਾਂ, ਅਤੇ ਪਰ ਕਬੂਤਰ ਇਹਦੇ ਨਾਲ ਜੋੜੀ ਪਈ ਨਹੀਂ ਹੈਗੀ, ਸੋ ਪਤਾ ਨਹੀਂ ਕੀ ਚੱਕਰ ਪੈ ਗਿਆ ਯਾਰ। ਬਾਕੀ ਤੁਹਾਨੂੰ ਕਰਾਉਂਦੇ ਹਾਂ ਸ਼ੌਕ, ਸਾਡੇ ਜਿਹੜੇ ਨਵੇਂ ਕਬੂਤਰ ਆਪਾਂ ਲੈ ਕੇ ਆਉਂਦੇ ਨਕਾਬਪੋਸ਼, ਸੋ ਉਹਨਾਂ ਦਾ ਵੀ ਕਰਾਉਂਦੇ ਹਾਂ ਸ਼ੌਕ। ਲਓ ਬਾਈ ਜੀ, ਆਪਾਂ ਆ ਗਏ ਜੀ ਮਾਸਟਰ ਕੇਜ 'ਤੇ, ਇੱਥੇ ਤੁਹਾਨੂੰ ਵਿਖਾ ਦਿੰਦੇ ਜੀ ਆਪਾਂ ਨਕਾਬਪੋਸ਼ ਕਬੂਤਰ। ਆਹ ਲਓ ਜੀ, ਕਰੋ ਜੀ ਚੈੱਕ। ਹਾਂਜੀ ਬਾਈ ਜੀ, ਕਰੋ ਕਮੈਂਟ ਅਤੇ ਦੱਸੋ ਜੀ ਬਾਈ ਜੀ ਕਿਵੇਂ ਦੀ ਲੱਗੀ ਜੀ ਤੁਹਾਨੂੰ ਕਬੂਤਰਾਂ ਦੀ ਜੋੜੀ। ਇਹ ਦਰਅਸਲ ਹੈ ਦੋਨੋਂ ਕਬੂਤਰੀ ਆ, ਕਬੂਤਰੀ ਇਹਨਾਂ 'ਚ ਹੈ ਨਹੀਂ ਜੀ, ਦੋ ਇੱਕ ਕਬੂਤਰ ਆ, ਅਤੇ ਜੇ ਕਿਸੇ ਵੀਰ ਭਰਾ ਕੋਲ ਕਬੂਤਰੀ ਹੋਵੇ ਅਤੇ ਯਾਰ ਸਾਨੂੰ ਦੇ ਦੇ, ਬਹੁਤ ਲੋੜ ਆ, ਕਿਉਂਕਿ ਦੋ ਸਾਡੇ ਕੋਲ ਕਬੂਤਰੀ ਆ, ਕਬੂਤਰੀ ਦੀ ਲੋੜ ਸਾਨੂੰ, ਦੋਹਾਂ ਕਬੂਤਰੀਆਂ ਦੀ ਲੋੜ ਆ, ਨਕਾਬਪੋਸ਼ ਕਬੂਤਰੀਆਂ ਸਾਨੂੰ ਚਾਹੀਦੀਆਂ ਵਾ, ਅਤੇ ਸਾਨੂੰ ਯਾਰ ਕਬੂਤਰੀਆਂ ਦੋ ਚਾਹੀਦੀਆਂ ਜੇ ਜੇ ਵੀਰ ਭਰਾ ਹੋਵੇ, ਜੇ ਕੇ ਕੋ ਹੋਵੇ ਤਾਂ ਮਤਲਬ ਜ਼ਰੂਰ ਸਾਨੂੰ ਦੱਸਿਓ, ਠੀਕ ਆ ਜੀ। ਅਤੇ ਦੇਖ ਲਓ ਤੁਸੀਂ ਕਬੂਤਰ ਕਰੋ ਸ਼ੌਕ ਇਹਨਾਂ ਦੋਨਾਂ ਦਾ, ਠੀਕ ਆ ਜੀ। ਅਤੇ ਬਾਕੀ ਜਿਹੜੇ ਆਪਾਂ ਕਬੂਤਰਾਂ ਦੀ ਜੋੜੀ ਲਗਾਈ ਸੀ ਕਾਫੀ ਦਿਨਾਂ ਤੋਂ ਹੈ ਨਾ, ਅਤੇ ਉਹਨਾਂ ਦੀ ਆਪਾਂ ਜੋੜੀ ਹੁਣ ਲਗਾ ਦਿੱਤੀ ਜੀ। ਆਹ ਚੈੱਕ ਕਰੋ ਜੀ, ਆਪਾਂ ਨਿੱਕੇ ਵਾਲੇ ਮਤਲਬ ਕੇਜ ਦੇ ਵਿੱਚ ਲਗਾਈ ਆ, ਕਿਉਂਕਿ ਵੱਡੇ ਕੇਜ ਦੇ ਵਿੱਚ ਜੋੜੀ ਪੈਂਦੀ ਨਹੀਂ ਸੀ, ਅਤੇ ਮੇਰੇ ਹਿਸਾਬ ਨਾਲ ਹੁਣ ਇਹਦੇ 'ਚ ਜੋੜੀ ਪਊਗੀ, ਜ਼ਰੂਰ ਪਊਗੀ ਜੀ। ਬਾਕੀ ਕਬੂਤਰ ਦੀ ਦੇਖੋ ਯਾਰ, ਕਬੂਤਰੀ ਨੂੰ ਕਿੰਨੇ ਹਿੱਸੇ ਵੱਡਾ ਕਬੂਤਰ ਆ, ਮਤਲਬ ਜਿੱਦਾਂ ਆਪਾਂ ਕਹਿ ਸਕਦੇ ਹਾਂ ਆਹ ਨਕਾਬਪੋਸ਼ ਕਬੂਤਰ ਕਿੱਡੇ ਵੱਡੇ ਹੁੰਦੇ ਆ ਨਾ, ਸੇਮ ਉਹੀ ਸਾਈਜ਼ ਕਬੂਤਰ ਦਾ ਇਹਦਾ ਵਾ। ਫਿਰ ਇਹਨਾਂ ਤੋਂ ਬੱਚੇ ਲਵਾਂਗੇ ਯਾਰ, ਬੱਚੇ ਉਡਾਵਾਂਗੇ, ਕਾਫੀ ਵਧੀਆ ਬੱਚੇ ਹੋਣਗੇ ਇਹਨਾਂ ਦੇ। ਆਪਾਂ ਇੱਦਾਂ ਕਰਦੇ, ਦੋਨਾਂ ਕਬੂਤਰਾਂ ਨੂੰ ਕੱਢਦੇ ਹਾਂ ਜੀ ਬਾਹਰ ਨਕਾਬਪੋਸ਼ ਨੂੰ, ਅਤੇ ਬਾਅਦ 'ਚ ਫਿਰ ਅੰਦਰ ਕਰ ਦਾਂਗੇ। ਚਲੋ ਬਾਈ, ਚਲੋ ਚਲੋ ਬਾਈ ਜੀ, ਆਹ ਦੋਨੋਂ ਕਬੂਤਰ ਬਾਹਰ ਕੱਢ ਦਿੱਤੇ, ਇੱਕ ਨਕਾਬਪੋਸ਼ ਇੱਧਰ ਹੈਗਾ ਅਤੇ ਦੂਸਰਾ ਨਕਾਬਪੋਸ਼ ਉਹ ਸਾਹਮਣੇ ਹੈਗਾ ਵਾ, ਅਤੇ ਇੱਧਰ ਮੁਰਗੀ ਵੀ ਚੂਜੇ ਲਈ ਫਿਰਦੀ ਆਪਣੇ, ਕਾਫੀ ਵਧੀਆ ਲੱਗਦਾ ਪਿਆ ਮਾਹੌਲ। ਸੋ ਆਹ ਦੇਖੋ ਕਬੂਤਰ ਯਾਰ, ਥੋੜ੍ਹਾ ਜਿਹਾ ਨਵਾਂ ਮੰਨਦਾ ਵਾ, ਓਏ ਬਸ ਬਾਈ ਬਸ ਯਾਰ, ਤੁਸੀਂ ਤਾਂ ਹੱਦ ਕਰਦੇ ਪਏ ਹੋ, ਘਰ ਆਏ ਮਹਿਮਾਨ ਨੂੰ ਇੱਦਾਂ ਮਾਰੀਦਾ ਵਾ।
ਹਾਂ ਦੇਖੋ ਯਾਰ, ਸਾਡੇ ਸਾਰੇ ਜਾਨਵਰ ਉਹਨਾਂ ਨੂੰ ਮਾਰਦੇ ਪਏ ਆ। ਪਹਿਲਾਂ ਬੱਤਕਾਂ ਨੇ ਉਹਨਾਂ 'ਤੇ ਅਟੈਕ ਕੀਤਾ ਕਬੂਤਰਾਂ 'ਤੇ, ਅਤੇ ਹੁਣ ਸਾਡੇ ਮੁਰਗੇ ਨੇ ਕਰ ਦਿੱਤਾ। ਚਲ ਵੀ ਚੱਲ, ਤੈਨੂੰ ਮੈਂ ਕੱਢ ਕੇ ਉਹਨਾਂ ਅੱਗੇ ਪਾਸ ਕਰਕੇ ਉਹਨਾਂ, ਚੱਲ 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 ਨਿਕਲ ਜਾ ਅੱਗੇ। ਉਹ ਜੀ, ਇੱਥੇ ਬੱਤਕਾਂ ਨੂੰ ਆਪਾਂ ਵੱਖਰੀ ਪਾ ਦਿੱਤੀ ਆ ਫੀਡ, ਅਤੇ ਖਰਗੋਸ਼ ਵੀ ਲੱਗੇ ਹੋਏ ਆ, ਉੱਥੇ ਸਾਡੇ ਕਬੂਤਰ ਵੀ, ਇੱਥੇ ਸਾਡਾ ਮੁਰਗਾ, ਅਤੇ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦਾਣਿਆਂ ਦੁਆਲੇ ਆ। ਸਾਡੇ ਦੋ ਕਬੂਤਰ, ਤਿੰਨ ਕਬੂਤਰ ਉੱਪਰ ਵੀ ਬੈਠੇ ਹੋਏ ਆ, ਇੱਕ ਕਬੂਤਰੀ ਇੱਧਰ ਬੈਠੀ ਹੋਈ ਆ, ਅਤੇ ਪਤਾ ਨਹੀਂ ਯਾਰ ਕਿਉਂ ਉੱਤੇ ਬੈਠੇ ਹੋਏ ਆ। ਬਾਕੀ ਯਾਰ ਦੇਖੋ, ਜਿਹੜੇ ਸਾਡੇ ਨਵੇਂ ਕਬੂਤਰ, ਆਈ ਮੀਨ ਦੋ ਨਵੇਂ ਮਹਿਮਾਨ ਸਾਡੇ, ਇਹ ਹਲੇ ਸਾਈਡ 'ਤੇ ਬੈਠੇ ਆ। ਆਹ ਦੇਖੋ, ਕਿਉਂਕਿ ਥੋੜ੍ਹਾ ਘਰ ਵਾ ਨਵਾਂ ਨਵਾਂ ਬਣਾਉਂਦੇ ਆ, ਅਤੇ ਹੌਲੀ ਹੌਲੀ ਹੋਏਗਾ ਜਿਨ੍ਹਾਂ ਨੂੰ ਇੱਧਰ ਦਾ ਮਤਲਬ ਆਦਤ ਪਏਗੀ, ਤਾਂ ਫਿਰ ਜਾ ਕੇ ਇਹਨਾਂ ਨੂੰ ਥੋੜ੍ਹੀ ਇੱਥੇ ਰਹਿਣ ਸਹਿਣ ਦਾ ਮਤਲਬ ਪਤਾ ਲੱਗਣਾ ਵਾ। ਅਤੇ ਬਾਕੀ ਕੋਈ ਚੱਕਰ ਨਹੀਂ ਆ, ਹੌਲੀ ਹੌਲੀ ਸਾਰਾ ਕੁਝ ਪਤਾ ਲੱਗ ਜਾਏਗਾ ਇਹਨਾਂ ਨੂੰ। ਹਾਂ ਬਾਈ, ਕੀ ਚੱਕਰ ਹੋ ਗਿਆ? ਦੋਨੋਂ ਕਬੂਤਰ ਸਾਡੇ ਉੱਡ ਗਏ, ਕੀ ਚੱਕਰ ਗਈ? ਪੱਠਾ ਵੀ ਉੱਡ ਗਿਆ, ਦੂਸਰਾ ਵੀ ਉੱਡ ਗਿਆ। ਚਲੋ ਕੋਈ ਨਾ ਜੀ, ਆਪਾਂ ਆਪਣੀ ਗਿੱਲੀ ਪਿੱਗ ਵੀ ਖੋਲ੍ਹ ਦਿੰਦੇ ਹਾਂ, ਅਤੇ ਫਿਰ ਇਹਨਾਂ ਨੂੰ ਪਾਉਂਦੇ ਹਾਂ ਪੱਠੇ। ਆ ਜਾਓ ਬਈ, ਆ ਜਾਓ, ਆ ਜਾਓ, ਆ ਜਾਓ ਬਾਹਰ। ਅਤੇ ਲਓ ਜੀ, ਆਪਾਂ ਇਹਨਾਂ ਨੂੰ ਤਾਂ ਕੱਢ ਦਿੱਤਾ ਬਾਹਰ, ਪਰ ਸਾਡੀ ਜੇ ਮੁਰਗੀ ਇੱਧਰ ਆ ਗਈ ਨਾ, ਇਹਨੇ ਕਬਜ਼ਾ ਕਰ ਲੈਣਾ ਵਾ ਇਹਨਾਂ ਦੇ ਖੁੱਡੇ 'ਤੇ, ਅਤੇ ਆਪਾਂ ਇਹਨਾਂ ਨੂੰ ਥੋੜ੍ਹਾ ਇੱਧਰ ਹੀ ਰੱਖਦੇ। ਚਲੋ ਵੀ ਚਲੋ, ਉੱਧਰ ਤੁਸੀਂ ਇੱਧਰ ਹੀ ਰਹਿਣਾ, ਤੁਸੀਂ ਇੱਧਰੋਂ ਇੱਧਰ ਨਹੀਂ ਆਉਣਾ, ਠੀਕ ਆ? ਜਾਂ ਜਦੋਂ ਮੁਰਗੀ ਆਏ ਜੀ ਇੱਧਰਲੀ ਸਾਈਡ 'ਤੇ, ਗਿੱਲੀ ਪਿੱਗ ਸਾਡੇ ਡਰ ਜਾਂਦੇ ਆ, ਅਤੇ ਇਸ ਕਰਕੇ ਸਾਡਾ ਧਿਆਨ ਕਿ ਉਹ ਆਪਣੇ ਮਸਤੀ 'ਚ ਮਸਤ ਰਹਿਣ, ਅਤੇ ਮੁਰਗੀ ਜਿਹੜੀ ਆ ਆਪਣੀ ਮਸਤੀ 'ਚ ਮਸਤ ਰਹੇ, ਤਾਂ ਉਹ ਅਲੱਗ ਹੀ ਰਹੇ ਤਾਂ ਵਧੀਆ। ਜੀ ਇੱਥੇ ਗਿੰਨੀ ਪਿੱਗ ਨੂੰ ਵੀ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਪੱਠੇ ਪਾ ਦਿੱਤੇ, ਅਤੇ ਮੁਰਗੀ ਫਿਰ ਪਹੁੰਚ ਗਈ ਯਾਰ ਉੱਥੇ, ਅਤੇ ਬਾਕੀ ਆ ਪੱਠੇ ਲੈ ਕੇ ਆਏ ਜੀ ਸਾਡੇ ਖਰਗੋਸ਼ਾਂ 'ਤੇ, ਅਤੇ ਖਰਗੋਸ਼ਾਂ ਨੂੰ ਆਪਾਂ ਇੱਥੇ ਹੀ ਪਾਉਂਦੇ ਹਾਂ ਪੱਠੇ ਬਾਹਰ ਹੀ, ਤਾਂ ਕਿ ਪੂਰੇ ਵਧੀਆ ਮਾਹੌਲ 'ਚ ਪੱਠੇ ਖਾਣ। ਮੈਂ ਤਾਂ ਅੰਦਰ ਵੀ ਪਾ ਸਕਦੇ, ਲੇਕਿਨ ਬਾਹਰ ਵਧੀਆ, ਥੋੜ੍ਹਾ ਹਵਾ ਹਰੇ ਪੱਠੇ ਖਾਣਗੇ, ਅਤੇ ਥੋੜ੍ਹਾ ਬਹੁਤਾ ਰੌਣਕ ਮੇਲਾ ਵੀ ਲੱਗਾ ਰਹੇਗਾ। ਬਾਈ ਜੀ, ਮੁਰਗੀ ਫਿਰ ਅੰਦਰ ਵੜ ਗਈ ਆ, ਅਤੇ ਬਾਕੀ ਗਿੰਨੀ ਪਿੱਗ ਸਾਡੇ ਬਹੁਤ ਹੀ ਮੁਸ਼ਕਿਲ ਹੋ ਜਾਂਦੀ ਉਹਨਾਂ ਵਾਸਤੇ। ਚਲੋ ਬਾਹਰ, ਚੱਲ ਬਾਹਰ, ਤੈਨੂੰ ਮੈਂ ਕੱਢਦਾ ਯਾਰ ਬਾਹਰ, ਚੱਲ ਆ, ਆ ਜਾ ਆ ਜਾ ਆ ਜਾ ਆ ਜਾ, ਬੱਚੇ ਵੀ ਕੱਢ ਆਪਣੇ ਬਾਹਰ, ਆ ਜਾਓ ਵੀ ਤੁਸੀਂ ਵੀ ਆ ਜਾਓ, ਆ ਜਾਓ ਆ ਜਾਓ ਆ ਜਾਓ। ਯਾਰ ਮੈਨੂੰ ਧੱਕਾ ਹੀ ਕਰਨਾ ਪੈਣਾ ਲੱਗਦਾ ਇਹਨਾਂ ਨਾਲ, ਆਹ ਦੇਖੋ ਕੀ ਕਰਦੀ ਪਈ ਆ। ਮੇਰਾ ਧਿਆਨ ਆ ਕਿ ਯਾਰ ਆਪਾਂ ਇੱਦਾਂ ਕਰੀਏ, ਜਿਹੜਾ ਸਾਡਾ ਇਹ ਕਬੂਤਰਾਂ ਵਾਲਾ ਕੇਜ ਹੈਗਾ ਵਾ, ਇਹਨੂੰ ਥੋੜ੍ਹਾ ਆਪਾਂ ਉੱਪਰ ਚੱਕ ਕੇ ਲਗਾ ਦਈਏ ਯਾਰ, ਹੈ ਨਾ, ਇੱਕ ਸਾਈਡ ਦੇ ਉੱਪਰ ਲਗਾ ਦਿੰਦੇ ਹਾਂ, ਤਾਂ ਕਿ ਉੱਪਰ ਉੱਪਰ ਰਹੇਗਾ ਅਤੇ ਇੱਕ ਸਾਈਡ 'ਤੇ ਰਹੇਗਾ। ਸੋ ਆਪਾਂ ਨੂੰ ਇਹਨੂੰ ਚੱਕ ਕੇ ਅਤੇ ਕਰਦੇ ਹਾਂ ਜੀ ਇੱਕ ਸਾਈਡ 'ਤੇ, ਜਾਂ ਕਿਤੇ ਇੱਥੇ ਰੱਖ ਦਿੰਦੇ ਹਾਂ, ਇੱਧਰ ਤਾਂ ਨਹੀਂ ਆਪਾਂ ਲਾ ਸਕਦੇ ਹੈਗਾ, ਹਾਂ ਆਪਾਂ ਇਸ ਸਾਈਡ ਦੇ ਉੱਤੇ ਲਗਾ ਦਿੰਦੇ ਹਾਂ, ਠੀਕ ਹੈ ਭਾਈ ਜੀ? ਅਤੇ ਉਮੀਦ ਕਰਦੇ ਕਿ ਇੱਥੇ ਵਧੀਆ ਲੱਗੇਗਾ, ਇੱਕ ਸਾਈਡ 'ਤੇ ਰਹੇਗਾ ਨਾਲੇ। ਫਾਈਨਲੀ ਆਪਾਂ ਛੋਟਾ ਕੇਜ ਜਿਹੜਾ ਵਾ ਕਬੂਤਰਾਂ ਦਾ, ਜੋੜੀਆਂ ਪਾਉਣ ਵਾਲਾ ਕੇਜ ਲਗਾ ਦਿੱਤਾ ਜੀ ਇੱਕ ਸਾਈਡ 'ਤੇ ਮਾਸਟਰ ਕੇਜ ਦੇ ਅੰਦਰ, ਅਤੇ ਹੁਣ ਇੱਥੇ ਸਹੀ ਰਹੇਗਾ ਜੀ, ਕਿਉਂਕਿ ਥੱਲੇ ਰੱਖਦੇ ਸੀ ਅਤੇ ਥੱਲੇ ਥੋੜ੍ਹੀ ਤਾਂ ਵੱਧ, ਤੁਹਾਨੂੰ ਪਤਾ ਕਿ ਥੱਲੇ ਕਈ ਵਾਰ ਗਿੱਲਾ ਵੀ ਹੁੰਦਾ ਵਾ, ਪਰ ਪਾਣੀ ਚੜ੍ਹਦਾ ਤਾਂ ਨਹੀਂ, ਪਰ ਫਿਰ ਵੀ ਸਹੀ ਜਾਂ ਨਹੀਂ ਲੱਗਦਾ। ਹੁਣ ਇਸ ਸਾਈਡ ਦੇ ਵਿੱਚ ਵਧੀਆ ਲੱਗਦਾ ਪਿਆ ਵਾ, ਅਤੇ ਵੈਸੇ ਮੇਰਾ ਧਿਆਨ ਤਾਂ ਇਹੀ ਕਿ ਸਾਡਾ ਜਿਹੜਾ ਲਾਭੜ ਦਾ ਕੇਜ ਉਹ ਵੀ ਅੰਦਰ ਆਉਂਦਾ, ਲੇਕਿਨ ਲਾਭ ਕੇਜ ਦਾ ਜਿਹੜਾ ਕੇਜ ਆ ਥੋੜ੍ਹਾ ਚੌੜਾ ਜ਼ਿਆਦਾ ਸੀ, ਸਾਡਾ ਦਰਵਾਜ਼ਾ ਜਿਹੜਾ ਛੋਟਾ ਵਾ ਅਤੇ ਇਹਦੇ ਅੰਦਰੋਂ ਦੀ ਨਹੀਂ ਨਿਕਲਣਾ, ਅਤੇ ਚਲੋ ਕੋਈ ਨਾ, ਪਰ ਆਹ ਵਾਲਾ ਕੇਜ ਸਾਡਾ ਵਧੀਆ ਆ ਗਿਆ ਜੀ ਸੈੱਟ, ਅਤੇ ਹੁਣ ਪਰਫੈਕਟ ਹੋ ਗਿਆ। ਸੋ ਜੋੜੀ ਵੀ ਇੱਥੇ ਲੱਗੂਗੀ ਵਧੀਆ, ਘੈਂਟ ਪੱਕੀ ਜੋੜੀ ਲੱਗੂਗੀ ਜੀ। ਕਿ ਤੁਹਾਨੂੰ ਇੱਕ ਚੀਜ਼ ਹੋਰ ਵਿਖਾਲਦੇ ਹਾਂ ਜੀ, ਬਣਦੀ ਪਈ ਹੈ ਜੀ ਪਾਲਟੀ, ਅਤੇ ਮੈਂ ਨਾ ਪਹਿਲੀ ਵਾਰੀ ਹੋਣ ਲੱਗਾ ਵਾ ਇਹ ਸਿਸਟਮ ਇੱਥੇ, ਅਤੇ ਆਪਾਂ ਤੁਹਾਨੂੰ ਕਰਾਉਂਦੇ ਹਾਂ ਚੈੱਕ ਪਹਿਲਾਂ, ਫਿਰ ਤੁਹਾਨੂੰ ਅਗਲੀ ਗੱਲ ਕਰਦੇ ਹਾਂ ਜੀ, ਠੀਕ ਹੈ ਜੀ? ਅਤੇ ਆਹ ਵਾਲੀ ਮਟਕੀ ਚੈੱਕ ਕਰਦੇ ਹਾਂ ਜੀ ਆਪਾਂ, ਆਹ ਦੇਖੋ ਜੀ, ਅਤੇ ਇਹ ਕੰਮ ਹੈਗਾ ਜੀ ਸਾਡੀ ਫਿੰਚਸ ਦਾ। ਆਹ ਦੇਖੋ ਬੈਠੀਆਂ ਫਿੰਚਸ, ਜਾਵਾ ਫਿੰਚਸ, ਅਤੇ ਇਹਨਾਂ ਨੇ ਨੈਸਟਿੰਗ ਕਰ ਦਿੱਤੀ ਹੈ ਜੀ ਸ਼ੁਰੂ, ਆਹ ਚੈੱਕ ਕਰੋ, ਠੀਕ ਹੈ ਜੀ? ਬਾਕੀ ਭਾਅ ਜੀ, ਸਾਨੂੰ ਕਬੂਤਰੀਆਂ ਦੋ ਚਾਹੀਦੀਆਂ ਨੇ ਕਾਪੋ, ਜਿਹੜੇ ਤੁਸੀਂ ਕਬੂਤਰ ਦੇਖੇ, ਜਿਹੜੇ ਆਪਾਂ ਕਬੂਤਰ ਲੈ ਕੇ ਆਏ ਹਾਂ ਕੱਲ੍ਹ, ਸਾਨੂੰ ਮਿਲੇ ਹੋਏ ਆ, ਠੀਕ ਹੈ ਜੀ? ਸੋ ਉਹਨਾਂ ਵਿੱਚ ਸਾਨੂੰ ਦੋ ਕਬੂਤਰੀਆਂ ਚਾਹੀਦੀਆਂ ਵਾ, ਜੇ ਕੇ ਵੀਰ ਭਰਾ ਕੋਲ ਤਾਂ ਜ਼ਰੂਰ ਸਾਨੂੰ ਕਬੂਤਰੀਆਂ ਦੀ ਲੋੜ ਆ, ਤਾਂ ਦੇ ਦਿਓ, ਠੀਕ ਹੈ ਜੀ? ਸੋ ਕਬੂਤਰ ਤੁਹਾਨੂੰ ਫਿਰ ਇੱਕ ਚੈੱਕ ਕਰਾ ਦਿੰਦੇ ਹਾਂ ਜੀ, ਅਤੇ ਨਕਾਬ ਪੋਸ਼ ਕਬੂਤਰ ਤੁਸੀਂ ਦੇ ਸਕਦੇ ਹੋ।
ਆਹ ਦੇਖੋ ਜੀ, ਦੋ ਕਬੂਤਰੀ ਆ ਸਾਡੇ ਕੋਲ ਅਤੇ ਸਾਨੂੰ ਲੋੜ ਆ ਜੀ ਕਬੂਤਰੀਆਂ ਦੀ, ਅਤੇ ਜ਼ਰੂਰ ਕਬੂਤਰੀਆਂ ਜੇ ਕੋਈ ਹੋਣ ਅਤੇ ਕਮੈਂਟ ਕਰ ਦੇਣ, ਠੀਕ ਆ ਜੀ, ਬਾਕੀ ਫਿਰ ਦੇਖ ਲਵਾਂਗੇ। ਬਾਈ ਜੀ ਕਮੈਂਟ ਨਹੀਂ ਪੜ੍ਹੇ ਕਾਫੀ ਦਿਨ ਹੋ ਗਏ, ਅੱਜ ਕਮੈਂਟ ਵੀ ਪੜ੍ਹਾਂਗੇ ਤੁਹਾਡੇ, ਠੀਕ ਹੈ ਜੀ। ਸੋ ਚੱਲਦੇ ਹਾਂ ਜੀ, ਕਮੈਂਟ ਪਹਿਲਾਂ ਪੜ੍ਹਦੇ ਹਾਂ। ਪਹਿਲਾਂ ਕਮੈਂਟ ਕੀਤਾ ਜੀ ਸਾਡੇ ਰਣਜੀਤ ਭਾਈ ਜੀ ਨੇ, ਸੋ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਹੋਰ ਕਿਵੇਂ ਹੋ, ਠੀਕ ਠਾਕ ਹੋ ਬਾਈ ਜੀ? ਥੈਂਕ ਯੂ ਜੀ। ਅਗਲਾ ਕਮੈਂਟ ਕੀਤਾ ਸਾਡੇ ਸਤਨਾਮ ਸਿੰਘ ਜੀ ਮੋਹਾਲੀ ਤੋਂ, ਸੋ ਬਹੁਤ ਬਹੁਤ ਸ਼ੁਕਰੀਆ ਵੀ ਜੀ, ਥੈਂਕ ਯੂ ਜੀ। ਅਤੇ ਬਾਈ ਜੀ ਕਹਿ ਰਹੇ ਕਿ ਬੱਜੀ ਜਿਹੜੀਆਂ ਸੇਲ ਹੋ ਜਾਂਦੀਆਂ ਵਾ, ਠੀਕ ਹੈ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਬਾਕੀ ਸਾਨੂੰ ਇੱਦਾਂ ਦੇ ਸੁਝਾਅ ਦਿੰਦੇ ਰਿਹਾ ਕਰੋ, ਕੋਈ ਨਾ ਕੋਈ ਗੱਲਬਾਤ ਦੱਸਦੇ ਰਿਹਾ ਕਰੋ, ਤਾਂ ਤੁਹਾਡੇ ਕਮੈਂਟ ਆਪਾਂ ਜ਼ਰੂਰ ਹਰ ਵੀਡੀਓ 'ਚ ਪੜਿਆ ਕਰਾਂਗੇ, ਠੀਕ ਹੈ ਜੀ, ਥੈਂਕ ਯੂ ਬਾਈ ਜੀ। ਅਗਲਾ ਕਮੈਂਟ ਕੀਤਾ ਸੁਰਜੀਤ ਸਿੰਘ ਜੀ ਨੇ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਹੋਰ ਜੀ ਕਿਵੇਂ ਹੋ, ਠੀਕ ਠਾਕ ਹੋ ਜੀ? ਮੰਗਾ ਦੁਬਈ, ਬਾਈ ਜੀ ਕਿਵੇਂ ਹੋ, ਠੀਕ ਠਾਕ ਹੋ? ਸੋ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ। ਰਣਜੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਵੀ ਜੀ, ਥੈਂਕ ਯੂ ਜੀ। ਅਤੇ ਅੱਜ ਦਾ ਲਾਸਟ ਕਮੈਂਟ ਹੈਗਾ ਜੀ ਜੀਵਨ ਜੋਤ ਜੀ ਦਾ, ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਸਬਸਕ੍ਰਾਈਬਰਾਂ ਦਾ। ਅਤੇ ਬਾਕੀ ਤੁਸੀਂ ਦੇਖ ਲਿਆ ਕਿ ਮੌਸਮ ਕਾਫੀ ਚੇਂਜ ਹੋ ਗਿਆ, ਸਾਡੇ ਕਬੂਤਰ ਵੀ ਨਵੇਂ ਆਏ ਆ, ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਮੈਂਟ ਮੱਕੀ ਸਾਡੇ ਬਾਕੀ ਜਿਹੜੇ ਨਵੇਂ ਕਬੂਤਰ ਆਏ ਉਹ ਕਿਵੇਂ ਦੀ ਲੱਗੀ ਹੈ, ਠੀਕ ਹੈ ਬਾਈ ਜੀ? ਅਤੇ ਬਾਕੀ ਹੁਣ ਆਪਾਂ ਹੌਲੀ ਹੌਲੀ ਕਰਦੇ ਹਾਂ ਜੀ ਸੈੱਟ ਸਾਰਿਆਂ ਦਾ ਸਿਸਟਮ, ਅਤੇ ਕਿਉਂਕਿ ਖੁੱਡੇ ਖਾਡੇ ਸਾਨੂੰ ਨਵੇਂ ਪਾਉਣੇ ਪੈਣੇ ਆ, ਸੋ ਥੋੜ੍ਹੀ ਵੇਟ ਕਰਦੇ ਪਏ ਹਾਂ ਬਸ, ਕਿਉਂਕਿ ਦੁਕਾਨ ਦਾ ਕਰਕੇ ਮੇਰੇ ਕੋਲ ਥੋੜ੍ਹਾ ਟਾਈਮ ਘੱਟ ਲੱਗਦਾ ਵਾ, ਸੋ ਖੁੱਡੇ ਪਾਵਾਂਗੇ ਨਵੇਂ ਅਤੇ ਤੁਹਾਨੂੰ ਵਿਖਾਵਾਂਗੇ ਜੀ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਇੱਥੇ ਕਰ ਦਿੰਦੇ ਹਾਂ ਜੀ ਐਂਡ, ਸੋ ਮਿਲਦੇ ਨੈਕਸਟ ਵੀਡੀਓ 'ਤੇ। ਓਕੇ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।